ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਈ ਪੋਸਟਲ ਵੈਲਥ ਵਰਗੀਆਂ ਤਕਨੀਕਾਂ ਨਾਲ ਚੱਲਣ ਵਾਲੇ ਤਰੀਕਿਆਂ ਦੀ ਵਰਤੋਂ ਕੀਤੀ ਜਾਏ ਤਾਂ ਜੋ ਯੋਗ ਵਿਦੇਸ਼ੀ ਭਾਰਤੀ ਵੋਟਰਾਂ ਨੂੰ ਇੱਥੇ ਚੋਣਾਂ 'ਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾ ਸਕੇ ਉਹਨਾਂ ਨੇ ਵੀ ਕਿਹਾ ਕਿ 1952 ਤੋਂ ਭਰੋਸੇਯੋਗ ਚੋਣ ਨਤੀਜਿਆਂ ਦੀ ਸਮੇਂ ਸਿਰ ਅਤੇ ਨਿਰੰਤਰ ਸੁਪਰਦਗੀ ਭਾਰਤ ਦੀ ਵਿਆਪਕ ਰਾਸ਼ਟਰੀ ਸ਼ਕਤੀ ਦੀ ਵਿਸ਼ਵਵਿਆਪੀ ਮਾਨਤਾ ਦਾ ਇੱਕ ਮਹੱਤਵਪੂਰਨ ਅੰਗ ਹੈ কুমার ਨੇ ਇਥੇ ਨਿਰਵਾਚਨ ਸਦਨ ਵਿਖੇ 2022 ਬੈਚ ਤੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਸਿਖਿਆਰਥੀਆਂ ਨੂੰ ਭਾਰਤ ਲੋਕਤੰਤਰ ਦੀ ਮਾਂ ਤੇ ਈਸੀਆਈ ਦੀ ਭੂਮਿਕਾ ਵਿਸ਼ੇ ਤੇ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਸੁਤੰਤਰ ਤੇ ਨਿਰਪੱਖ ਚੋਣਾਂ ਦੇ ਸੰਚਾਲਨ ਵਿੱਚ ਚੋਣ ਪ੍ਰਬੰਧਨ ਸੰਸਥਾਵਾਂ ਨੂੰ ਦਰਪੇਸ਼ ਸਾਂਝੀਆਂ ਚੜ੍ਹਾਉਂਦੇ ਆ ਤੇ ਬੋਲਦਿਆਂ ਮੁੱਖ ਚੋਣ ਕਮਿਸ਼ਨਰ ਨੇ ਸੋਸ਼ਲ ਮੀਡੀਆ ਤੇ ਫਰਜ਼ੀ ਖਬਰਾਂ ਦੇ ਵੱਧ ਰਹੇ ਖਤਰੇ ਦਾ ਜ਼ਿਕਰ ਕੀਤਾ ਜੋ ਚੋਣ ਵਿਰਤਾਂਤ ਨੂੰ ਪਟੜੀ ਤੋਂ ਉਤਾਰ ਰਹੇ ਨੇ। ਸੂਤਰਾਂ ਦੇ ਅਨੁਸਾਰ ਵਿਦੇਸ਼ੀ ਵੋਟਰਾਂ ਦੁਆਰਾ ਬੋਟ ਪਾਉਣ ਵਾਲੇ पूछे ਜਾਣ ਤੇ ਕੁਮਾਰ ਨੇ ਕਿਹਾ ਕਿ ਉਸ ਸਮਾਂ ਆ ਗਿਆ ਹੈ ਜਦੋਂ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਨੇ ਇਲੈਕਟ੍ਰੋਨਿਕ ਟ੍ਰਾਂਸਮਿਟਿਡ ਪੋਸਟਲ ਵੈਲਟ ਸਿਸਟਮ ਰਾਹੀਂ ਯੋਗ ਵਿਦੇਸ਼ੀ ਭਾਰਤੀ ਵੋਟਰਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਦੀ ਸਹੂਲਤ ਦੇਣ ਦੇ ਲਈ ਟੈਕਨੋਲੋਜੀ ਤੇ ਦੁਆਰਾ ਸੰਚਾਲਿਤ ਵਿਧੀ ਦੀ ਵਰਤੋਂ ਕੀਤੀ। ਇਸ ਸਾਲ 1 ਜਨਵਰੀ ਤੱਕ ਕੁੱਲ ਵਿਦੇਸ਼ੀ ਵੋਟਰਾਂ ਦੀ ਗਿਣਤੀ 1,15,000 ਤੋਂ ਵੱਧ ਹੈ।